ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਸ਼ੀਤਲ ਅੰਗਰਾਲ ਦੀ ਮੁਸ਼ਕਲਾਂ ਦੇ ਵਿੱਚ ਕਿਤੇ ਵੀ ਫੁੱਲ ਸਟਾਪ ਲੱਗਦਾ ਦਿਖਾਈ ਨਹੀਂ ਦੇ ਰਿਹਾ। ਲਗਾਤਾਰ ਬੀਤੇ 2 ਦਿਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ। ਕਿਹਾ ਜਾ ਰਿਹਾ ਜੂਆ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਕਾਫੀ ਉਹਨਾਂ ਦੀਆਂ ਮੁਸ਼ਕਲਾਂ ਹੋਰ ਅੱਗੇ ਜਾ ਕੇ ਵੱਧ ਸਕਦੀਆਂ ਨੇ। ਪਰ ਇੱਥੇ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ, ਹੋਰ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ ਵੱਲੋਂ, ਕਿ ਝਾੜੂ ਛੱਡਣ ਦਾ, ਯਾਨੀ ਕਿ ਆਮ ਆਦਮੀ ਪਾਰਟੀ ਦੇ ਝਾੜੂ ਛੱਡਣ ਦਾ ਇੱਕੋ ਇੱਕ ਕਾਰਨ ਸੀਗਾ ਕਿ ਉਹ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦਾ ਕਮਲ ਦਾ ਫੁੱਲ ਫੜ ਕੇ ਆਪਣੀ ਇਹ ਵਿਗੜੀ ਛਵੀ ਨੂੰ ਸੁਧਾਰ ਸਕਣ। ਤੇ ਕਈ ਇਲਜ਼ਾਮ ਉਹਨਾਂ ਦੇ ਵਿੱਚ ਲੱਗੇ ਨੇ, ਇਸੇ ਵਿਚਾਲੇ ਉਹਨਾਂ ਤੇ ਲੱਗੇ ਹੋਏ ਨੇ। ਤਾਂ ਇਸੇ ਦੇ ਨਾਲ ਅੱਜ ਡਿਸਕਸ਼ਨ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ ਇੰਦਰਜੀਤ ਸਿੰਘ ਚਹਿਲ। ਸਵਾਗਤ ਹੈ ਤੁਹਾਡਾ ਇੰਦਰ। ਬਹੁਤ ਧੰਨਵਾਦ ਨਿਧੀ। ਇੰਦਰ, ਦੇਖਿਆ ਜਾ ਰਿਹਾ ਕਿ ਸ਼ੀਤਲ ਅੰਗੁਰਾਲ ਜਦੋਂ ਤੋਂ ਭਾਜਪਾ ਦੇ ਵਿੱਚ ਗਏ ਨੇ ਉਹਨਾਂ ਤੇ ਕਈ ਸਾਰੇ ਵਿਵਾਦ ਖੜੇ ਹੋ ਗਏ ਨੇ, ਤੇ ਇਸੇ ਦੇ ਵਿਚਾਲੇ ਕਈ ਵਿਵਾਦਾਂ ਦੇ ਵਿੱਚ ਉਹ ਫਸ ਵੀ ਚੁੱਕੇ ਨੇ, ਤੇ ਕੀ ਲੱਗਦਾ ਇਹ ਪਾਰਟੀ ਛੱਡਣ ਤੋਂ ਬਾਅਦ ਇਹ ਵਿਵਾਦ ਕੀ ਇੱਕ ਸਟੰਟ ਹੈਗਾ ਹੈ ਤਾਂ ਕਿ ਇੱਕ ਕਾਰਜਕਰਤਾ ਨੂੰ, ਜਿਹੜੇ ਉਹਨਾਂ ਨੂੰ ਛੱਡ ਕੇ ਗਏ, ਉਹਨੂੰ ਬਦਨਾਮ ਕੀਤਾ ਜਾ ਸਕੇ, ਜਾਂ ਫਿਰ ਐਂ ਲੱਗਦਾ ਹੈ ਕਿ ਸੱਚ ਦੇ ਵਿੱਚ ਇੱਦਾਂ ਦਾ ਕੁਝ ਹੋਏਗਾ? ਜੀ ਨਿਧੀ, ਸਭ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਸ਼ੀਤਲ ਅੰਗੁਰਾਲ ਹੋਰਾਂ ਦੇ ਬਾਬਤ ਪਹਿਲਾਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਏ ਸੀ, ਕਿਉਂਕਿ ਜੂਆ ਤੇ ਸੱਟੇਬਾਜ਼ੀ ਵਾਲਾ ਜਿਹੜਾ ਬਾਜ਼ਾਰ ਹੈ ਨਾ, ਉਹ ਜਲੰਧਰ ਦੇ ਵਿੱਚ ਬੜਾ ਸਰਗਰਮ ਹੈ। ਜਲੰਧਰ ਦੇ ਵਿੱਚ ਇਹ ਬਾਜ਼ਾਰ ਬੜਾ ਸਰਗਰਮ ਹੈ ਤੇ ਉਹਨਾਂ ਦਾ ਨਾਮ ਹਮੇਸ਼ਾ ਹੀ ਇਸ ਦੇ ਨਾਲ ਜੁੜਦਾ ਰਿਹਾ, ਪਰ ਉਹ ਹਮੇਸ਼ਾ ਹੀ ਇਹ ਚੀਜ਼ ਤੋਂ ਕਿਨਾਰਾ ਕਰਦੇ ਰਹੇ ਨੇ। ਪਰ ਹੁਣ ਇੱਕ ਫੋਟੋ ਹੈ ਜਿਹੜੀ ਦਰਅਸਲ ਵਿਵਾਦਾਂ ਦੇ ਵਿੱਚ ਆ ਗਈ ਹੈ, ਫੋਟੋ ਵਾਇਰਲ ਹੋ ਰਹੀ ਹੈ, ਜਿਹਦੇ ਚ ਸ਼ੀਤਲ ਅੰਗੁਰਾਲ ਖੜੇ ਨੇ ਇੱਕ ਨੌਜਵਾਨ ਦੇ ਨਾਲ ਜਿਹਦਾ ਨਾਮ ਮਨੀਸ਼ ਠਾਕੁਰ ਦੱਸਿਆ ਜਾ ਰਿਹਾ। ਮਨੀਸ਼ ਠਾਕੁਰ ਦੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਉਹਦੇ ਬਾਬਤ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਨਸ਼ਾ ਤਸਕਰ ਹੈ ਤੇ ਉਹ ਨਸ਼ਾ ਤਸਕਰੀ ਦਾ ਜਿਹੜਾ ਕਾਰੋਬਾਰ ਹੈ ਉਹ ਯੂਕੇ ਤੋਂ ਚਲਾ ਰਿਹਾ, ਯੂਕੇ ਤੋਂ ਏਡਾ ਵੱਡਾ ਕਾਰੋਬਾਰ ਚਲਾ ਰਿਹਾ ਤੇ ਉਹ ਇੱਕ ਤਕੜਾ ਨਸ਼ਾ ਤਸਕਰ ਹੈ ਤੇ ਉਹਦੇ ਨਾਲ ਸ਼ੀਤਲ ਅੰਗੁਰਾਲ ਹੋਰਾਂ ਦੀਆਂ ਫੋਟੋਆਂ ਨੇ। ਫੋਟੋ ਦੇ ਵਿੱਚ ਇੱਕ ਦੂਜੇ ਨੂੰ ਇਹਨਾਂ ਨੇ ਜੱਫੀ ਪਾਈ ਹੋਈ, ਵਧੀਆ ਪਿਆਰ ਪ੍ਰੇਮ ਪਿਆਰ ਦੇ ਨਾਲ ਖੜੇ ਹੋਏ ਨੇ। ਭਾਵੇਂ ਹੁਣ ਇੱਕ MLA ਕਿਸੇ ਬੰਦੇ ਨੂੰ ਇੰਨਾ ਕਲੋਜ਼ਲੀ ਹੋ ਕੇ ਮਿਲਦਾ ਤਾਂ ਮਤਲਬ ਇਹ ਹੀ ਹੈ ਕਿ ਉਹਦਾ ਬੜਾ ਖਾਸ ਹੋਏਗਾ, ਠੀਕ ਹੈ ਜੀ। ਤੇ ਇਹ ਫੋਟੋ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਹੁਣ ਸ਼ੀਤਲ ਅੰਗਰਾਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਤੇ ਹੁਣ ਇਹਦੀ ਪੂਰੀ ਪੁਖਤਾ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇੱਥੇ ਪੁਆਇੰਟ ਇੱਕ ਵਿਚਾਰਨ ਵਾਲਾ ਇਹ ਹੈ ਕਿ ਜਦੋਂ ਉਹਨਾਂ ਨੇ ਪਰਸੋਂ ਚੌਥੇ ਬੀਜੇਪੀ ਜੁਆਇਨ ਕੀਤੀ ਤਾਂ ਨਾਲ ਦੀ ਨਾਲ ਇਹ ਚੀਜ਼ਾਂ ਸਾਹਮਣੇ ਆ ਗਈਆਂ, ਠੀਕ ਹੈ ਜੀ। ਇਸ ਤੋਂ ਪਹਿਲਾਂ ਵੀ ਇਹ ਤੇ ਹੈ ਨਹੀਂ ਕਿ ਹੁਣ ਆਹੀ 2-3 ਦਿਨਾਂ ਦੇ, ਜਾਂ ਤਾਂ ਇੱਕੋ ਹੀ ਰੀਜ਼ਨ, ਇੱਕੋ ਮਤਲਬ ਹੋ ਸਕਦਾ ਕਿ ਜਾਂ ਤਾਂ ਇਹਨਾਂ ਨੇ ਬੀਜੇਪੀ ਛੱਡਣ ਤੋਂ ਬਾਅਦ ਦੇ ਵਿੱਚ ਉਹਦੇ ਨਾਲ ਫੋਟੋ ਕਰਾ ਲਈ ਉਹ ਵਾਇਰਲ ਹੋ ਗਈ, ਜਾਂ ਫਿਰ ਇਹ ਫੋਟੋਆਂ ਪਹਿਲਾਂ ਦੀਆਂ ਪਈਆਂ ਸੀ ਪਰ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹ, ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ, ਇਹਦੇ ਕਰਕੇ ਉਹਨਾਂ ਦੀਆਂ ਉਹ ਫੋਟੋਆਂ ਵਾਲਾ ਮਸਲਾ, ਨਸ਼ਾ ਤਸਕਰਾਂ ਦੇ ਨਾਲ ਉਹਨਾਂ ਦੇ ਮੇਲ ਮਿਲਾਪ ਦਾ ਜਿਹੜਾ ਮਸਲਾ, ਉਹਦੇ ਬਾਅਦ ਚੋਂ ਸੱਟੇਬਾਜ਼ੀ ਦੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦਾ ਮਸਲਾ, ਉਹ ਸਾਰੇ ਦੱਬੇ ਹੋਏ ਸੀ। ਤੇ ਜਦੋਂ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਵਫਾ ਨਹੀਂ ਨਿਭਾਈ ਤੇ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਦਾ ਪਰਨਾ ਗੱਲ ਦੇ ਵਿੱਚ ਪਵਾ ਲਿਆ, ਤਾਂ ਫਿਰ ਹੁਣ ਆਮ ਆਦਮੀ ਪਾਰਟੀ ਨੇ ਵੀ ਆਖਤਾ ਕਿ ਕੋਈ ਗੱਲ ਨਹੀਂ, ਹੁਣ ਤੁਸੀਂ ਉੱਧਰ ਚੱਲ ਗਏ ਤੇ ਭਾਈ ਤੁਹਾਡੀਆਂ ਸਾਰੀਆਂ ਗੱਲਾਂ ਸਾਹਮਣੇ ਰੱਖ ਦਿੰਦੇ ਆ, ਤੇ ਉਸ ਦੇ ਬਾਅਦ ਦੇ ਵਿੱਚ ਉਹ ਫੋਟੋਆਂ ਬਾਹਰ ਆ ਗਈਆਂ। ਇਸ ਤਰੀਕੇ ਦੇ ਕਈ ਮਤਲਬ ਨਿਕਲਦੇ ਇਸ ਮਾਮਲੇ ਦੇ, ਪਰ ਬੀਤੇ ਦਿਨੀ ਜਿਹੜੀ ਉਹਨਾਂ ਨੇ ਗੱਲ ਆਖੀ ਸ਼ੀਤਲ ਅੰਗਰਾਲ ਸਾਹਿਬ ਨੇ ਕਿ ਸਾਨੂੰ ਆਪਰੇਸ਼ਨ ਲੋਟਸ ਬਾਰੇ ਅਫਵਾਹ ਫੈਲਾਉਣ ਦੇ ਲਈ ਕਿਹਾ ਗਿਆ, 39 ਨੰਬਰ ਕੋਠੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਸ ਕੋਠੀ ਨੂੰ 2-3 ਕੋਠੀਆਂ ਛੱਡ ਕੇ ਉਹ ਅਗਲੀ ਕੋਠੀ ਦੇ ਵਿੱਚ ਸਾਨੂੰ 13-14 ਜਣਿਆਂ ਨੂੰ, 13-14 MLAs ਨੂੰ ਬੁਲਾਇਆ ਗਿਆ, ਸਾਡੇ ਨਾਲ ਗੱਲ ਕੀਤੀ ਗਈ, ਸਾਨੂੰ ਰੋਟੀ ਪਾਣੀ ਛਕਾਇਆ ਤੇ ਸਾਨੂੰ ਬਾਅਦ ਚੋਂ ਕਿਹਾ ਕਿ ਤੁਸੀਂ ਆਪਰੇਸ਼ਨ ਲੋਟਸ ਦੀ ਜਿਹੜੀ ਗੱਲ ਹੈ ਉਹ ਮੀਡੀਆ ਦੇ ਸਾਹਮਣੇ ਕਰਨੀ ਹੈ। ਤੇ ਅਸੀਂ ਪੁੱਛਿਆ ਕਿ ਇਸ ਤਰੀਕੇ ਦਾ ਤਾਂ ਕੁਝ ਹੈ ਨਹੀਂ ਹੈ ਕਿ ਸੱਚਮੁੱਚ ਹੋਇਆ, ਉਹ ਕਹਿੰਦੇ ਨਹੀਂ ਹੋਇਆ ਕੁਛ ਨਹੀਂ ਹੈ, 25-25 ਕਰੋੜ ਦੀ ਤੁਸੀਂ ਗੱਲ ਕਰਨੀ ਹੈ, ਸਾਨੂੰ ਫੋਨ ਆਏ ਨੇ, ਇਸ ਤਰੀਕੇ ਦੇ ਨਾਲ ਤੁਸੀਂ ਕਹਿ ਦੇਣਾ। ਉਹ ਕਹਿੰਦੇ ਜੀ ਅਸੀਂ
ਤਿੰਨ ਚਾਰ ਜਣੇ ਸਾਡੇ ਚੋਂ ਮੁੱਕਰ ਗਏ ਕਿ ਅਸੀਂ ਇਹ ਸਭ ਕੁਛ ਨਹੀਂ ਕਰ ਸਕਦੇ, ਉਹ ਬਾਹਰ ਚੱਲ ਗਏ ਤੇ ਜਦੋਂ ਆਖਿਆ ਕਿ ਅਸੀਂ ਵੀ ਮੁੱਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਨੂੰ ਕਹਿ ਦਿੱਤਾ ਕਿ ਤੁਸੀਂ ਮੁੱਕਰੋਗੇ ਤੇ ਨੁਕਸਾਨ ਤੁਹਾਡਾ ਹੀ ਹੋਏਗਾ, ਤੁਹਾਡੀ ਜਗ੍ਹਾ ਦੇ ਉੱਤੇ ਐਮਐਲਏ ਸ਼ਿਪ ਹੈ ਜਿਹੜੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਜਾਏਗੀ। ਸੋ ਇਸ ਤਰੀਕੇ ਦਾ ਉਹ ਕਹਿੰਦੇ ਜਦੋਂ ਮਸਲਾ ਬਣਿਆ ਸਾਡੀ ਕੁਰਸੀ ਨੂੰ ਖਤਰਾ ਹੋਇਆ ਤੇ ਮੈਂ ਭਾਈ ਉਦੋਂ ਉਹ ਜਿਹੜੀ ਗੱਲ ਹੈ ਉਹ ਕਥੇ ਝੂਠ ਹੈ ਉਹ ਮੈਂ ਮੀਡੀਆ ਦੇ ਸਾਹਮਣੇ ਆ ਕੇ ਬੋਲਤਾ। ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆਖਿਆ ਕਿ ਮੇਰੇ ਕੋਲ ਇੱਕ ਲਿਸਟ ਪਈ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਤੇ ਜੇਕਰ ਆਮ ਆਦਮੀ ਪਾਰਟੀ ਮੈਨੂੰ ਮਰਵਾ ਵੀ ਦੇਵੇਗੀ ਤਾਂ ਇੱਕ ਗੱਲ ਯਾਦ ਰੱਖੇ ਕਿ ਮੈਂ ਪੂਰੀ ਦੀ ਪੂਰੀ ਜਿਹੜੀ ਉਹ ਕੱਚੇ ਚਿੱਠੀ ਵਾਲੀ ਸੂਚੀ ਹੈ ਉਹ ਮੈਂ ਆਪਣੀ ਪਤਨੀ ਨੂੰ ਦੇ ਦਿੱਤੀ ਹੈ ਤੇ ਫਿਰ ਬਾਅਦ ਦੇ ਵਿੱਚ ਜਦੋਂ ਹੀ ਮੈਨੂੰ ਕੁਛ ਹੁੰਦਾ ਤਾਂ ਨਾਲ ਦੀ ਨਾਲ ਉਹ ਜਨਤਕ ਹੋ ਜਾਏਗੀ। ਇੱਕ ਤਰੀਕੇ ਦੇ ਨਾਲ ਆਪਾਂ ਧਮਕੀ ਇਹ ਕਹਿ ਸਕਦੇ ਹਾਂ ਕਿ ਤੁਸੀਂ ਮੇਰੇ ਬਾਰੇ ਬੋਲ ਕੇ ਦਿਖਾਓ, ਮੈਂ ਤੁਹਾਡੇ ਬਾਰੇ ਆਹ ਖੁਲਾਸਾ ਕਰ। ਮਤਲਬ ਇੱਧਰ ਇਹਨੂੰ ਇਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਡਰੀ ਹੋਈ ਹੈ ਕਿ ਕਿਉਂਕਿ ਉਹਨਾਂ ਦੇ ਜਿਹੜੇ ਵਧੀਆ ਚਿਹਰੇ ਸੀਗੇ ਉਹ ਨਿਕਲ ਗਏ ਨੇ ਤੇ ਉਹਨਾਂ ਨੂੰ ਇਹ ਡਰ ਹੈ ਕਿ ਸਾਡੇ ਭੇਤ ਨਾ ਖੁੱਲ ਜਾਣ ਤਾਂ ਇਹ ਸਭ ਕੀਤਾ ਜਾ ਰਿਹਾ। ਬਿਲਕੁਲ, ਦੇਖੋ ਇਹ ਹਰ ਸਿਆਸਤ ਦੇ ਵਿੱਚ ਆਪਾਂ ਕਿਸੇ ਚੀਜ਼ ਤੋਂ ਮਨਕਰ ਨਹੀਂ ਨਾ ਹੋ ਸਕਦੇ, ਕਿਸੇ ਚੀਜ਼ ਨੂੰ ਆਪਾਂ ਨਾ ਵੀ ਨਹੀਂ ਕਹਿ ਸਕਦੇ, ਆਪਾਂ ਸ਼ਾਇਦ ਸ਼ਬਦ ਹੈ ਜਿਹੜਾ ਉਹਦੀ ਵਰਤੋਂ ਕਰ ਸਕਦੇ ਹਾਂ ਜਾਂ ਮੇਬੀ ਸ਼ਬਦ ਹੈ ਜਿਹੜਾ ਉਹਦੀ ਵਰਤੋਂ ਕਰ ਸਕਦੇ ਕਿ ਸ਼ਾਇਦ ਹੋ ਸਕਦਾ ਹੋਵੇ। ਆਪਾਂ ਇਹ ਤੇ ਕਹਿ ਨਹੀਂ ਸਕਦੇ ਕਿ ਨਾ ਨਾ ਆਮ ਆਦਮੀ ਪਾਰਟੀ ਨੂੰ ਕੋਈ ਡਰ ਨਹੀਂ ਹੈ, ਸ਼ਾਇਦ ਹੋ ਸਕਦਾ ਹੋਵੇ ਕਿਉਂਕਿ ਇਹਦੇ ਚ ਪੋਸੀਬਿਲਟੀ ਸਿਆਸਤ ਦੇ ਵਿੱਚ ਬੜੀਆਂ ਹੁੰਦੀਆਂ, ਹਰੇਕ ਚੀਜ਼ ਦੀਆਂ ਹੁੰਦੀਆਂ। ਕੋਈ ਵੀ ਚੰਗੇ ਕਿਰਦਾਰ ਵਾਲਾ ਬੰਦਾ ਅੰਦਰੋਂ ਕਿੰਨਾ ਕੁ ਮਾੜਾ ਹੈ ਕਿਹੋ ਜਿਹਾ ਹੈਗਾ ਉਹਦੇ ਬਾਰੇ ਆਪਾਂ ਕੁਛ ਵੀ ਕਰਦਾ ਕੋਈ ਵੀ ਅੰਦਾਜ਼ਾ ਪਹਿਲੇ ਆਧਾਰ ਦੇ ਉੱਤੇ ਪਹਿਲੀ ਨਜ਼ਰ ਚ ਨਹੀਂ ਲਗਾ ਸਕਦੇ। ਪਰ ਗੱਲ ਇੱਥੇ ਵਿਚਾਰਨ ਵਾਲੀ ਇਹ ਹੈ ਕਿ ਜਦੋਂ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਦੇ ਵਿੱਚ ਸਨ ਤਾਂ ਉਦੋਂ ਵੀ ਉਹਨਾਂ ਦਾ ਨਾਮ ਸੱਟੇ ਦੇ ਬਾਜ਼ਾਰ ਦੇ ਨਾਲ ਜੁੜਿਆ ਸੀ ਤਾਂ ਕੀ ਉਦੋਂ ਉਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਸੀਗਾ ਜਿਹੜਾ ਬਾਹਰ ਕੱਢ ਕੇ ਲੋਕਾਂ ਦੇ ਸਾਹਮਣੇ ਆ ਗਿਆ ਹੁੰਦਾ? ਤੇ ਹੁਣ ਐਸੇ ਟਾਈਮ ਦੇ ਉੱਤੇ ਜਦੋਂ ਉਹਨਾਂ ਨੇ ਬੀਜੇਪੀ ਦੇ ਨਾਲ ਵਫਾ ਕਮਾ ਲਈ, ਆਮ ਆਦਮੀ ਪਾਰਟੀ ਦੇ ਨਾਲ ਬੇਵਫਾਈ ਕਰਤੀ ਤਾਂ ਫਿਰ ਐਸੇ ਦੇ ਵਿੱਚ ਉਹ ਫੋਟੋਆਂ ਸਾਹਮਣੇ ਆ ਗਈਆਂ। ਉਹ ਜਿਹੜਾ ਮੁੰਡਾ ਉਹਦਾ ਨਾਮ ਵੀ ਵੱਡਾ ਦੱਸਿਆ ਜਾ ਰਿਹਾ, ਨਸ਼ਾ ਤਸਕਰੀ ਤੇ ਸੱਟੇਬਾਜ਼ੀ ਦੇ ਨਾਲ ਉਹਦਾ ਕਥਿਤ ਤੌਰ ਦੇ ਉੱਤੇ ਨਾਮ ਹੈ ਜਿਹੜਾ ਉਹ ਜੁੜਿਆ ਦੱਸਿਆ ਜਾ ਰਿਹਾ। ਤੇ ਹੁਣ ਸ਼ੀਤਲ ਉਂਗਰਾਲ ਦੀਆਂ ਮੁਸ਼ਕਲਾਂ ਦੇ ਵਿੱਚ ਡੈਫੀਨੇਟਲੀ ਵਾਧਾ ਜ਼ਰੂਰ ਹੋਇਆ, ਪਰ ਹੁਣ ਵੇਖਣਾ ਹੋਏਗਾ ਕਿ ਸ਼ੀਤਲ ਉਂਗਰਾਲ ਇਹਦੇ ਉੱਤੇ ਕਿਸ ਤਰੀਕੇ ਦਾ ਰਿਐਕਸ਼ਨ ਦਿੰਦੇ। ਹਾਲਾਂਕਿ ਜਦੋਂ ਤੱਕ ਕਿ ਆਪਾਂ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਕੋਈ ਰਿਐਕਸ਼ਨ ਨਹੀਂ ਆਇਆ, ਹੋ ਸਕਦਾ ਇਸ ਤੋਂ ਬਾਅਦ ਵਿੱਚ ਕੋਈ ਰਿਐਕਸ਼ਨ ਆ ਗਿਆ ਹੋਵੇ। ਪਰ ਸ਼ੀਤਲ ਉਂਗਰਾਲ ਦੇ ਨਾਲ ਬੀਤੇ ਦਿਨੀ ਕਈ ਨਿਊਜ਼ ਚੈਨਲਸ ਨੇ ਗੱਲਬਾਤ ਕੀਤੀ, ਇੰਟਰਵਿਊ ਕੀਤੀ ਹੈ ਤੇ ਉੱਥੇ ਉਹਨੇ ਬਹੁਤ ਵੱਡੇ ਇਲਜ਼ਾਮ ਲਗਾਏ ਆ। ਉਹਨੇ ਜਦੋਂ ਕਿਹਾ ਗਿਆ ਕਿ ਕਿੰਨਾ ਤੇਰਾ ਮੁੱਲ ਕਿੰਨਾ ਲੱਗਿਆ ਤੇ ਉਹ ਕਹਿੰਦੇ ਜਿਨ੍ਹਾਂ ਨੇ ਪਹਿਲਾਂ ਮੇਰਾ ਮੁੱਲ ਲਾਇਆ ਸੀ ਉਹਨਾਂ ਨੂੰ ਪਤਾ ਹੋਏਗਾ, ਭਾਵ ਕਿ ਜਦੋਂ ਬੀਜੇਪੀ ਚੋਂ ਇਹ ਆਮ ਆਦਮੀ ਪਾਰਟੀ ਚ ਆਏ ਨੇ ਕੀ ਉਦੋਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਪੈਸੇ ਦਿੱਤੇ ਸੀ, ਕਿੰਨੇ ਪੈਸੇ ਦਿੱਤੇ ਸੀ? ਇਸੇ ਤਰੀਕੇ ਦੇ ਨਾਲ ਰਿੰਕੂ ਸਾਹਿਬ ਵਾਲਾ ਕੰਮ ਆ ਕਿ ਜਦੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਿੰਨਾ ਫੰਡ ਦਿੱਤਾ? ਇਹ ਵੀ ਵੱਡਾ ਸਵਾਲ ਬਣਦਾ ਕਿਉਂਕਿ ਫ੍ਰੀ ਫੰਡ ਦੇ ਵਿੱਚ ਤੇ ਅੱਜ ਦੀ ਘੜੀ ਕੋਈ ਵੀ ਨਹੀਂ ਆਉਂਦਾ, ਬਿਨਾਂ ਪੈਸੇ ਤੋਂ ਅਗਲਾ ਕਿਸੇ ਦੇ ਥੱਪੜ ਤੱਕ ਨਹੀਂ ਮਾਰਦਾ, ਇੱਥੇ ਤੇ ਪਾਰਟੀ ਬਦਲਣ ਵਾਲੀ ਗੱਲ ਆ। ਹੁਣ ਰਿੰਕੂ ਦੀ ਗੱਲ ਲੈ ਲਓ, ਆਪਣਾ ਰਿੰਕੂ ਤੇ ਸ਼ੀਤਲ ਉਂਗਰਾਲ ਦੀ ਗੱਲ ਲੈ ਲਓ, ਇਹਨਾਂ ਦਾ ਜਲੰਧਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਇਹਨਾਂ ਦੇ ਖਿਲਾਫ, ਲੋਕ ਇਹਨਾਂ ਨੂੰ ਐਸੀਆਂ ਐਸੀਆਂ ਗੱਲਾਂ ਬੋਲ ਰਹੇ ਨੇ ਜਿਹੜੀਆਂ ਆਪਾਂ ਮੀਡੀਆ ਦੇ ਵਿੱਚ ਆਪਾਂ ਸਿੱਧਾ ਕੈਮਰੇ ਦੇ ਉੱਤੇ ਨਹੀਂ ਬੋਲ ਸਕਦੇ ਹਾਂ, ਤੁਹਾਡੇ ਸਾਹਮਣੇ ਮੈਂ ਉਹ ਚੀਜ਼ਾਂ ਨਹੀਂ ਬੋਲ ਸਕਦਾ, ਇਸ ਤਰੀਕੇ ਦੀਆਂ ਗੱਲਾਂ ਲੋਕ ਇਹਨਾਂ ਨੂੰ ਆਖ ਰਹੇ ਨੇ। ਪਰ ਇਹ ਕਹਿੰਦੇ ਜੀ ਕਿ ਵਰਕਰ ਤਾਂ ਨਾਰਾਜ਼ ਨਹੀਂ ਹੈਗਾ, ਵਰਕਰ ਤਾਂ ਠੀਕ ਹੈ, ਪਰ ਜਿਹੜੇ ਪ੍ਰਦਰਸ਼ਨ ਕਰਨ ਵਾਸਤੇ ਸਾਡੇ ਘਰ ਦੇ ਬਾਹਰ ਲਿਆਂਦੇ ਗਏ ਉਹ ਤੇ ਦੁਆਬੇ ਤੋਂ ਇਕੱਠੇ ਕਰਕੇ ਲਿਆਂਦੇ ਆਮ ਆਦਮੀ ਪਾਰਟੀ ਨੇ। ਦੇਖੋ ਜਿਹੜੀ ਪਾਰਟੀ ਦੇ ਗੁਣਗਾਣ ਗਾਉਂਦੇ ਸੀ, ਜਿਹੜੀ ਪਾਰਟੀ ਦੇ ਗੁਣ ਗਾ ਰਹੇ ਸੀ, ਜਿਹਦਾ ਖਾਧਾ ਜਿਹਦਾ ਪੀਤਾ ਜਿਹਦਾ ਹੰਡਾਇਆ, ਜਿਹਦੀ ਛਤਰ ਛਾਇਆ ਦੇ ਵਿੱਚ ਐਮਐਲਏ ਬਣੇ, ਜਿਹਦੀ ਛਤਰ ਛਾਇਆ ਦੇ ਵਿੱਚ ਐਮਪੀ ਬਣੇ, ਉਹ ਸਭ ਕੁਝ ਇਹਨਾਂ ਨੇ ਇੱਕੋ ਵਕਤ ਦੇ ਵਿੱਚ ਭੁਲਾ ਕੇ ਤੇ ਉਸ ਤੋਂ ਬਾਅਦ ਵਿੱਚ ਨਵੀਂ ਪਾਰਟੀ ਵੱਲ ਨੂੰ ਮੂੰਹ ਕਰ ਲਿਆ। ਸਿਆਸਤ ਦਾ ਕੰਮ ਹੀ ਫੇਰ ਬਦਲਦਾ ਲੱਗ ਰਿਹਾ ਕਿਉਂਕਿ 2024 ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਫੇਰ ਬਦਲਤਾ ਦੌਰ ਜਾਰੀ ਹੈ, ਜਾਂ ਤਾਂ ਫਿਰ ਗਈ ਹੈ ਕਾਂਗਰਸੀ ਬੀਜੇਪੀ ਚ ਜਾ ਰਹੇ ਨੇ, ਬੀਜੇਪੀ ਤੋਂ ਵੀ ਕੁਛ ਆ ਰਹੇ ਨੇ, ਮਤਲਬ ਕਾਫੀ ਇਹ ਫੇਰ ਬਦਲ ਚੱਲਦਾ ਪਿਆ। ਪਰ ਇਨ੍ਹਾਂ ਦੋਨਾਂ ਦਾ ਹੀ ਇੰਨਾ ਪ੍ਰਦਰਸ਼ਨ ਕਿਉਂ? ਮਤਲਬ ਇਹ ਜ਼ਿਆਦਾ ਜਾਣਦੇ ਸੀ ਆਮ ਆਦਮੀ ਪਾਰਟੀ ਬਾਰੇ, ਹਰ ਇੱਕ ਚਿੱਠਾ ਇਹਨਾਂ ਨੂੰ ਪਤਾ ਸੀਗਾ। ਦੇਖੋ ਇਹ ਤੇ ਕਹਿ ਰਹੇ ਨੇ, ਇਹ ਸ਼ੀਤਲ ਉਂਗਰਾਲ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਐਸੀ ਐਸੀ ਜਾਣਕਾਰੀ ਪਈ ਹੈ ਜਿਹੜੀ ਮੈਂ ਹੌਲੀ ਹੌਲੀ ਟਾਈਮ ਆਉਣ ਦੇ ਉੱਤੇ ਬਾਹਰ ਕੱਢੂਗਾ ਤੇ ਆਮ ਆਦਮੀ ਪਾਰਟੀ ਨੂੰ ਡੀਫੇਮ ਕਰਨਾ ਪਊ ਡੀਫੇਮ ਕਰੂੰਗਾ। ਪਰ ਇੱਥੇ ਪਤਾ ਕੀ ਗੱਲ ਹੈ ਨਿਧੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦਲ ਬਦਲੀ ਵਾਲਾ, ਦੇਖੋ ਇਹਦੇ ਬਾਬਤ ਇੱਕ ਕਾਨੂੰਨ ਹੋਣਾ ਚਾਹੀਦਾ ਪੁਖਤਾ, ਠੀਕ ਹੈ, ਜਿਹਤੋਂ ਬੰਦਾ ਡਰਦਾ ਵੀ ਹੋਵੇ। ਦੇਖੋ ਹੁਣ
ਸ਼ੀਤਲ ਅਗਰਵਾਲ ਸਾਹਿਬ ਨੂੰ ਤੇ ਰਿੰਕੂ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਲਹਿਰ ਦੇ ਵਿੱਚ ਬੂਟਾ ਪਈਆਂ, ਠੀਕ ਹੈ ਜੀ, ਇਹਨਾਂ ਨੂੰ ਬੂਟਾ ਥੋੜੀ ਪਈਆਂ, ਉਹ ਝਾੜੂ ਨੂੰ ਬੂਟਾ ਪਈਆਂ ਸੀ, ਪਰ ਹੁਣ ਜਿਹੜੇ ਬੰਦਿਆਂ ਨੇ ਝਾੜੂ ਦੇ ਸਟੈਪ ਦੇ ਉੱਤੇ ਜਿਹੜੇ ਬੰਦੇ ਜਿੱਤੇ ਤੇ ਉਹ ਹੁਣ ਬੀਜੇਪੀ ਚ ਵਗ ਗਏ, ਤੇ ਫਿਰ ਜਿੰਨੇ ਲੱਖਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਨਾਲ ਸਿੱਧਾ ਸਿੱਧਾ ਧੋਖਾ, ਠੀਕ ਹੈ ਜੀ। ਇਹ ਬੇਸ਼ੱਕ ਕਈ ਜਾਣ ਕੇ ਨਹੀਂ ਜੀ ਵਰਕਰ ਸਾਡੇ ਨਾਲ ਨੇ, ਸਾਨੂੰ ਵੋਟਾਂ ਪਾਉਣ ਵਾਲੇ ਮੇਰੇ ਨਾਲ ਨੇ, ਜਿਵੇਂ ਅਸੀਂ ਕਵਾਂਗੇ ਉਵੇਂ ਕਰਨਗੇ, ਐਸਾ ਕੁਛ ਵੀ ਨਹੀਂ ਹੁੰਦਾ। ਅਸੀਂ ਪਿੰਡਾਂ ਦੇ ਵਿੱਚੋਂ ਹੀ ਆਏ ਹਾਂ, ਸਾਨੂੰ ਪਤਾ ਹੁੰਦਾ ਲੋਕਾਂ ਦੀ ਸੋਚ ਕਿਸ ਤਰੀਕੇ ਦੀ ਹੁੰਦੀ ਹੈ। ਲੋਕਾਂ ਨੇ ਪਾਰਟੀ ਨੂੰ, ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਸੀ। ਲੋਕਾਂ ਨੂੰ ਤਾਂ ਕੈਂਡੀਡੇਟਾਂ ਦੇ ਨਾਮ ਤੱਕ ਨਹੀਂ ਪਤਾ ਸੀ ਉਦੋਂ। ਪਰ ਰਿੰਕੂ ਤੇ ਸ਼ੀਤਲ ਅੰਗਰਾਲ ਦੀ ਜੇਕਰ ਗੱਲ ਕਰੀਏ, ਦਲ ਬਦਲੀ ਤਾਂ ਦੇਖੋ ਪਹਿਲਾਂ ਬਾਕੀ ਦੇਸ਼ ਦੇ ਵਿੱਚ ਚੱਲਦੀ ਹੋਗੀ, ਪਰ ਆਹ ਜਿਹੜੇ ਕੁਝ ਕੁ ਦਿਨ ਹੋਏ ਨੇ ਨਾ, ਵੱਡੇ ਵੱਡੇ ਥੰਮ ਨੇ ਜਿਹੜੇ ਪਹਿਲਾਂ ਆਪਾਂ ਡਿੱਗਦੇ ਦੇਖੇ ਵੀ ਸੋ ਬਾਈ ਦੀਆਂ ਚੋਣਾਂ 'ਚ, ਤੇ ਹੁਣ ਵੱਡੇ ਵੱਡੇ ਥੰਮ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਲੱਗਦੇ ਦੇਖੇ। ਰਵਨੀਤ ਬਿੱਟੂ ਵਾਲਾ ਹੀ ਕੰਮ ਹੋਇਆ, ਚੱਬੇ ਵਾਲੇ ਇੱਕ ਦਿਨ ਗਾਲਾਂ ਕੱਢ ਰਹੇ ਤੇ ਦੂਸਰੇ ਦਿਨ ਪਾਰਟੀ ਸ਼ਾਮਿਲ ਹੋ ਜਾਂਦੇ ਨੇ। ਉਸ ਤੋਂ ਇਲਾਵਾ ਜੀਪੀ ਹੋਰਾਂ ਦਾ ਵੀ ਕਿਸ ਨਾ ਕਿਸ ਤਰੀਕੇ ਦੇ ਨਾਲ ਤੇ ਸੌਦਾ ਹੋਇਆ ਹੀ ਹੋਏਗਾ। ਕੀ ਪਤਾ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਆਮ ਆਦਮੀ ਪਾਰਟੀ ਨੇ, ਜਾਂ ਨਹੀਂ ਵੀ ਦਿੱਤੇ, ਜਾਂ ਉਹ ਸਮਾਜ ਸੇਵਾ ਕਰਨ ਵਾਸਤੇ ਇੱਧਰ ਨੂੰ ਆ ਗਏ। ਉਹਦੇ ਬਾਅਦ ਚੋਂ ਰਿੰਕੂ ਹੋਰੀ ਤੇ ਇਹ ਇਹਨਾਂ ਬਾਰੇ ਇੱਕ ਗੱਲ ਖਾਸ ਤੌਰ ਤੇ ਇਹ ਕਹੀ ਜਾ ਰਹੀ ਹੈ, ਜਿਹਦੇ ਕਰਕੇ ਪ੍ਰੋਟੈਸਟ ਹੋ ਰਹੇ ਨੇ, ਕਿ ਤੁਸੀਂ ਤਾਂ ਮੌਜੂਦਾ ਸੀ, ਤੁਸੀਂ ਮੌਜੂਦਾ MLA ਸੀ, ਤੁਸੀਂ ਮੌਜੂਦਾ MP ਸੀ, ਤੇ ਆਮ ਤੌਰ ਤੇ ਆਪਾਂ ਦੇਖਦੇ ਨਹੀਂ ਜੀ ਤੁਸੀਂ ਵੀ ਇਸ ਫੀਲਡ ਦੇ ਵਿੱਚ ਕਿੰਨੇ ਸਾਲਾਂ ਤੋਂ ਵਿਚਰ ਰਹੇ ਹੋ, ਕਦੇ ਇਹ ਦੇਖਿਆ ਕਿ ਮੌਜੂਦਾ ਬੰਦਾ ਕਿਸੇ ਹੋਰ ਪਾਰਟੀ 'ਚ ਗਿਆ ਹੋਵੇ। ਹਮੇਸ਼ਾ ਇਹ ਹੁੰਦਾ ਕਿ ਜਦੋਂ ਪਾਰਟੀ ਕਿਸੇ ਬੰਦੇ ਨੂੰ ਨੈਗਲੈਕਟ ਕਰਦੀ ਹੈ, ਜਦੋਂ ਪਾਰਟੀ ਕਿਸੇ ਦੀ ਗੱਲ ਨਹੀਂ ਮੰਨਦੀ, ਜਦੋਂ ਕੋਈ ਬੰਦਾ ਇਹਨੂੰ ਪਾਰਟੀ ਟਿਕਟ ਨਹੀਂ ਦਿੰਦੀ, ਜਦੋਂ ਕੋਈ ਬੰਦੇ ਨੂੰ ਪਾਰਟੀ ਪੈਸੇ ਨਹੀਂ ਦਿੰਦੀ, ਜਾਂ ਜਦੋਂ ਕਿਸੇ ਬੰਦੇ ਨੂੰ ਪਾਰਟੀ ਆਪਦੇ ਸਮਾਗਮਾਂ ਦੇ ਵਿੱਚ ਨਹੀਂ ਬੁਲਾਉਂਦੀ, ਤਦ ਇਹ ਚੀਜ਼ ਹੁੰਦੀ ਹੈ। ਰਿੰਕੂ ਦੇ ਤਾਂ ਘਰ ਗਏ ਮੁੱਖ ਮੰਤਰੀ ਸਾਹਿਬ, ਖੁਦ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਕਿ ਰਿੰਕੂ ਭਾਈ ਤੇਰੇ ਬਾਰੇ ਇਹ ਗੱਲਾਂ ਚੱਲਦੀਆਂ। ਰਿੰਕੂ ਸਾਹਿਬ ਕਹਿੰਦੇ ਨਹੀਂ ਜਨਾਬ, ਐਸਾ ਕੁਝ ਨਹੀਂ, ਮੈਂ ਤਾਂ ਅਯੋਧਿਆ ਗਿਆ ਹੋਇਆ ਸੀ। ਇਸੇ ਤਰੀਕੇ ਦੇ ਨਾਲ ਸ਼ੀਤਲ ਅੰਗਰਾਲ ਦੀ ਗੱਲ ਹੈ, ਇਹ ਤੇ ਮੁੱਖ ਚਿਹਰੇ ਸੀ ਨਾ, ਇਹ ਤੇ ਮੌਜੂਦਾ ਸੀ ਨਾ, ਇਹ ਤੇ ਕੋਈ ਐ ਤਾਂ ਹੈ ਨਹੀਂ ਕਿ ਪਿਛਲੇ 2 ਸਾਲਾਂ ਤੋਂ ਟਿਕਟ ਲੈਣ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਤੇ ਇਹਨਾਂ ਨੇ ਦੇਖਿਆ ਨਹੀਂ ਜੀ ਹੁਣ ਟਿਕਟ ਨਹੀਂ ਮਿਲਣੀ ਤੇ ਅਸੀਂ ਉਧਰ ਹੀ ਪਾਰਟੀ ਚੱਲੇ। ਕੋਈ ਨਾ ਕੋਈ ਝੋਲ ਮੋਲ ਪਿੱਛੇ ਹੈਗਾ ਜਿਸ ਕਰਕੇ ਇਹਨਾਂ ਨੂੰ ਸਵਿਚ ਕਰਨਾ ਪਿਆ। ਪਰ ਸ਼ੀਤਲ ਅੰਗਰਾਲ ਹੋਰਾਂ ਦੇ ਜਿਹੜੇ ਦੋਸ਼ ਲਗਾਏ ਗਏ ਨੇ, ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਲਾਏ ਨੇ, ਉਹ ਵੀ ਕੋਈ ਬਹੁਤੇ ਘੱਟ ਗੰਭੀਰ ਨਹੀਂ ਨੇ, ਉਹ ਬਹੁਤ ਗੰਭੀਰ ਦੋਸ਼ ਹੈ। ਜੇਕਰ ਐਸਾ ਕੁਝ ਹੈ ਤੇ ਆਮ ਆਦਮੀ ਪਾਰਟੀ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ, ਹਰਪਾਲ ਚੀਮਾ ਹੋਰਾਂ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ, ਮੁੱਖ ਮੰਤਰੀ ਮਾਨ ਸਾਹਿਬ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਕਿ ਜੋ ਕੁਝ ਇਹ ਕਹਿ ਰਹੇ ਆ ਕਿ ਸਾਡੇ ਕੋਲ ਆਪਰੇਸ਼ਨ ਲੁੱਟਸ ਵਾਲਾ ਸਾਰਾ ਸ਼ਗੂਫਾ ਬਣਾ ਕੇ ਛੜਵਾਇਆ ਗਿਆ, ਉਹਦੇ ਉੱਤੇ ਪ੍ਰਤੀਕਿਰਿਆ ਆਮ ਆਦਮੀ ਪਾਰਟੀ ਨੂੰ ਦੇਣੀ ਚਾਹੀਦੀ ਹੈ, ਨਹੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਉਂਕਿ ਸਵਾਲ ਇਹ ਵੀ ਖੜਾ ਹੁੰਦਾ ਨਾ, ਕਿਉਂਕਿ ਇਹ ਉਹੀ ਸ਼ੀਤਲ ਅੰਗਰਾਲ ਨੇ ਜਦੋਂ ਇਹ ਪਿੱਛੇ ਕਲਾਸ ਲਈਆਂ ਲਗਾਈਆਂ ਜਾ ਰਹੀ ਸੀ ਕਿ ਸ਼ਾਇਦ ਰਿੰਕੂ ਤੇ ਸ਼ੀਤਲ ਅੰਗਰਾਲ ਹੁਣ ਬੀਜੇਪੀ ਚ ਸ਼ਾਮਲ ਹੋ ਸਕਦੇ ਨੇ, ਪਰ ਉਹਨਾਂ ਨੇ ਵੀਡੀਓ ਪਾਈ ਸੀ, ਲਾਈਵ ਹੋਏ ਸੀ ਕਿ ਮੈਂ ਨਹੀਂ ਸ਼ਾਮਲ ਹੋਵਾਂਗਾ, ਮੈਂ ਆਮ ਆਦਮੀ ਪਾਰਟੀ ਦੇ ਲਈ ਲੋਇਲ ਆ। ਪਰ ਥੋੜੇ ਦਿਨਾਂ ਬਾਅਦ ਜਦੋਂ ਇਹ ਹੋਇਆ ਤੇ ਸਾਰੇ ਦੇ ਸਾਰੇ ਹੈਰਾਨ ਰਹਿ ਗਏ ਸੀ। ਇਹ ਵੀ ਚੀਜ਼ਾਂ ਦੇਖੀਆਂ ਜਾ ਸਕਦੀਆਂ, ਬਹੁਤ ਵੱਡੀ ਗੱਲ ਹੈ ਜੀ ਇੰਦਰ। ਦੇਖੋ ਪਹਿਲਾਂ ਹੁੰਦਾ ਸੀ ਨਾ ਕਿ ਪਿਆਰ ਦੇ ਵਿੱਚ ਲੋਕ ਕਹਿੰਦੇ ਸੀ ਕਿ ਜੀ ਪਿਆਰ ਦੇ ਵਿੱਚ ਵਫਾਈ ਮੁੱਕ ਗਈ, ਕੁੜੀ ਮੁੰਡੇ ਧੋਖਾ ਦੇ ਦਿੰਦੀ ਆ, ਮੁੰਡਾ ਕੁੜੀ ਧੋਖਾ ਦੇ ਦਿੰਦਾ। ਪਰ ਹੁਣ ਤੇ ਸਾਰਾ ਕੁਝ ਸਿਆਸਤ ਦੇ ਵਿੱਚ ਵੀ ਆ ਗਿਆ, ਉਹੀ ਕੋੜ ਉਹੀ ਕੈਂਸਰ ਹੁਣ ਸਿਆਸਤ 'ਚ ਆ ਗਿਆ। ਕੋਈ ਪਤਾ ਨਹੀਂ, ਤੁਸੀਂ ਖੁਦ ਹੀ ਗੱਲ ਕੀਤੀ ਕਿ ਉਹ ਕਹਿੰਦਾ ਮੈਂ ਤੇ ਪਾਰਟੀ ਦੇ ਪ੍ਰਤੀ ਲੋਇਲ ਹਾਂ, ਤੇ 10 ਦਿਨਾਂ ਦੇ ਵਿੱਚ ਕਿਹੜੀ ਲੋਇਲਟੀ ਬਦਲ ਗਈ? ਜੇ ਤੁਸੀਂ ਲੋਇਲ ਹੋ ਤਾਂ ਤੁਸੀਂ ਜਿਹੜੇ ਬੰਦੇ ਦੇ ਪ੍ਰਤੀ ਲੋਇਲ ਹੋ, ਜਿਹੜੀ ਪਾਰਟੀ ਦੇ ਪ੍ਰਤੀ ਤੁਸੀਂ ਲੋਇਲ ਹੋ, ਜੇਕਰ ਸੱਚਮੁੱਚ ਲੋਇਲ ਹੋ ਤਾਂ ਤੁਸੀਂ ਉਹਦੀ ਮਾੜੀ ਮੋਟੀ ਝੱਲ ਵੀ ਤਾਂ ਸਕਦੇ ਹੋ ਨਾ, ਮਾੜੀ ਮੋਟੀ ਝੱਲ ਵੀ ਤਾਂ ਸਕਦੇ ਹੋ। ਹੁਣ ਜਵਾਕ ਨਾਲ ਆਪਾਂ ਨੂੰ ਘਰੇ ਪਿਆਰ ਹੁੰਦਾ, ਜਵਾਕਰ ਮੋੜ ਤੋੜ ਦਿੰਦਾ ਹੈ, ਜਵਾਕ ਹੋਰ ਬੜੀਆਂ ਚੀਜ਼ਾਂ ਤੋੜ ਦਿੰਦਾ, ਇਹਦਾ ਮਤਲਬ ਇਹ ਕਿ ਅਸੀਂ ਜਵਾਕ ਨੂੰ ਚੱਕ ਕੇ ਕਿਤੇ ਹੋਰ ਛੱਡੇ ਆਉਂਦੇ ਹਾਂ। ਲੋਇਲਟੀ ਦਾ ਤਾਂ ਇਹੀ ਉਹ ਮਤਲਬ ਹੋਇਆ ਨਾ ਕਿ ਜੇ ਤੁਸੀਂ ਲੋਇਲ ਹੋ ਤਾਂ ਤੁਸੀਂ ਮਾੜੀ ਚੰਗੀ ਸਾਰੀ ਸੁਣੋ। ਪਰ ਇੱਥੇ ਤੇ ਉਹ ਕਹਿ ਰਹੇ ਨੇ ਕਿ ਜੀ ਸਾਡੇ ਕੋਲੋਂ ਧੱਕੇ ਨਾਲ ਹੀ ਕੁਛ ਕਰਵਾਇਆ ਗਿਆ ਤਾਂ ਕਰਕੇ ਸਾਡੀ ਲੋਇਲਟੀ ਮੁੱਕ ਗਈ, ਇਸ ਤਰੀਕੇ ਦੀ ਗੱਲਾਂ ਉਹ ਕਹਿ ਰਹੇ ਨੇ। ਹਾਲਾਂਕਿ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਚੀਜ਼ ਦੇ ਹੋਰ ਕਿਹੜੇ ਕਿਹੜੇ ਖੁਲਾਸੇ ਹੁੰਦੇ? ਅੱਛਾ, ਇੱਧਰ ਕਿਆ ਕਹਿੰਦੇ, ਸੁਸ਼ੀਲ ਰਿੰਕੂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਗੱਲਾਂ ਕਹੀਆਂ ਕਿ ਕਿਉਂ ਕੀ ਕਾਰਨ ਸੀਗਾ ਜੇ ਉਹਨਾਂ ਨੇ ਪਾਰਟੀ ਛੱਡੀ, ਹੈ ਨਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਦੇ ਕਈ ਚਿੱਠੇ ਮੇਰੇ ਕੋਲ ਨੇ, ਉਹਨਾਂ ਨੇ ਸਾਰਾ ਕੁਝ ਸਕ੍ਰਿਪਟਡ ਦਿੱਤਾ ਜਾਂਦਾ ਸੀ, ਸਾਨੂੰ ਵਾਅਦੇ ਕਰਵਾਏ ਪਰ ਵਾਅਦੇ ਪੂਰੇ ਕਰਨ ਲਈ ਸਾਨੂੰ ਪੈਸੇ ਨਹੀਂ ਦਿੱਤੇ ਜਾਂਦੇ, ਹੈ ਨਾ। ਇਹ ਗੱਲ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਕਹੀ। ਪਰ ਇਹੀ ਸਵਾਲ ਉੱਠ ਰਿਹਾ ਨਾ ਕਿ ਹੁਣ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਹੁਣ ਰਿੰਕੂ ਦੀ ਵਾਰੀ ਆ ਸਕਦੀ ਹੈ, ਕੀ ਲੱਗਦਾ ਹੈ ਇਹਦਾ? ਦੇਖੋ, ਪਤਾ ਕੀ ਗੱਲ ਹੈ ਨਿਧੀ, ਜੇ ਇਹ ਚੀਜ਼ਾਂ ਉਹਨਾਂ ਨੇ ਬਿਨਾਂ ਭਾਰਤੀ ਜਨਤਾ ਪਾਰਟੀ ਚ ਗਏ ਪਬਲਿਕ ਡੋਮੇਨ ਦੇ ਵਿੱਚ ਲੋਕਾਂ ਦੇ ਸਾਹਮਣੇ ਜਿੱਦਣ ਉਦਣ ਸਪਸ਼ਟੀਕਰਨ ਦਿੱਤਾ ਜਿਵੇਂ ਕਿ ਮੈਂ ਅਯੋਧਿਆ ਗਿਆ ਹੋਇਆ ਸੀ, ਜੇਕਰ ਉਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਚਿੱਠੇ ਖੋਲੇ ਹੁੰਦੇ ਕਿ ਦੇਖੋ ਜੀ ਆਮ ਆਦਮੀ ਪਾਰਟੀ ਸਾਡੇ ਕੋਲੋਂ ਆਹ ਕੁਝ ਕਰਵਾ ਰਹੀ ਹੈ, ਉਦੋਂ ਬਾਅਦ ਵਿੱਚ ਸਵਿਚ ਕਰਦੇ ਤਾਂ ਸਵਾਦ ਆਉਣਾ ਸੀ, ਤਾਂ ਕੋਈ ਫਾਇਦਾ ਵੀ ਸੀ, ਤਾਂ ਲੋਕ ਵੀ ਨਾਲ ਖੜਦੇ। ਹੁਣ ਤੇ ਪਹਿਲਾਂ ਤੁਸੀਂ ਪਾਰਟੀ ਸਵਿਚ ਕਰ ਲਈ, ਜਦੋਂ ਲੋਕਾਂ ਨੇ ਤੁਹਾਡੇ ਤੋਂ ਸਵਾਲ ਪੁੱਛੇ ਤੇ ਤੁਸੀਂ ਕਹਿਤਾ ਕਿ ਜੀ ਸਾਡੇ ਨਾਲ ਤਾਂ ਪਾਰਟੀ ਤੇ, ਇਹ ਕਾਮਨ ਬਹਾਨਾ ਹੁੰਦਾ, ਇਹ ਕਾਮਨ ਬਹਾਨਾ ਹੁੰਦਾ ਕਿ ਪਾਰਟੀ ਦੇ ਵਿੱਚ ਮੈਨੂੰ ਜੋ ਮਾਣ ਸਤਿਕਾਰ ਚਾਹੀਦਾ ਸੀ ਉਹ ਮੈਨੂੰ ਨਹੀਂ ਮਿਲਿਆ, ਪਾਰਟੀ ਮੈਨੂੰ ਕੰਮ ਨਹੀਂ ਕਰਨ ਦੇ ਰਹੀ, ਸਾਰਾ ਕੁਝ ਸਕ੍ਰਿਪਟਡ ਹੁੰਦਾ, ਸਾਡੇ ਕੋਲ ਆਹ ਚੀਜ਼ ਬੁਲਵਾਈ ਜਾਂਦੀ ਹੈ, ਸਾਡੇ ਕੋਲ ਆਹ ਕੁਝ ਕਰਵਾਇਆ ਜਾਂਦਾ ਹੈ, ਸਾਨੂੰ ਆਜ਼ਾਦੀ ਨਹੀਂ ਹੈ, ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਕੰਮ ਕਰਨ ਦੀ ਆਜ਼ਾਦੀ ਨਹੀਂ ਹੈ, ਜਿਹੜੇ ਮੀਡੀਆ ਚੈਨਲ ਨਾਲ ਅਸੀਂ ਗੱਲ ਕਰਨੀ ਚਾਹੀਏ ਉਹਦੇ ਨਾਲ ਨਹੀਂ ਕਰ ਦਿੱਤੀ ਜਾਂਦੀ, ਪਾਰਟੀ ਦੱਸਦੀ ਹੈ ਕਿ ਕਿਹਦੇ ਨਾਲ ਗੱਲ ਕਰਨੀ, ਇਹ ਸਾਰੇ ਕਾਮਨ ਉਹ ਬਹਾਨੇ ਹੁੰਦੇ ਨੇ, ਇਹਦੇ 'ਚ ਐਸਾ ਕੁਝ ਵੀ ਨਹੀਂ ਜਾਪ ਰਿਹਾ ਫਿਲਹਾਲ ਦੇ ਲਈ, ਸ਼ਾਇਦ ਕੁਝ ਨਹੀਂ ਜਾਪ ਰਿਹਾ। ਪਰ ਜੇਕਰ ਤੁਸੀਂ ਇਹ ਸਾਰੇ ਇਲਜ਼ਾਮ ਪਹਿਲਾਂ ਲਗਾਏ ਹੁੰਦੇ, ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆ ਫਿਰ ਤੁਸੀਂ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਜਾਂਦੇ, ਫਿਰ ਤੁਹਾਡਾ ਆਧਾਰ ਬਣਦਾ ਸੀ, ਇਸ ਤਰੀਕੇ ਦੇ ਨਾਲ ਕੋਈ ਆਧਾਰ ਨਹੀਂ ਬਣਦਾ ਜੀ। ਤਾਂ ਹੀ ਸੀ ਐਮ ਆਰ ਨੇ ਇਹਨਾਂ ਦੇ ਛੱਡਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਸੀ ਕਿ ਦਰਿਆ ਆਪਣਾ ਰਸਤਾ ਬਦਲ ਲੈਂਦੇ ਜੀ। ਬਿਲਕੁਲ ਬਿਲਕੁਲ, ਉਹ ਤਾਂ ਕਰਕੇ ਕਿਉਂਕਿ ਦੁੱਖ ਜ਼ਰੂਰ ਹੋਇਆ ਹੋਣਾ ਸੀ ਐਮ ਆਰ ਹੋਰਾਂ ਨੂੰ, ਬੇਸ਼ੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ, ਉਹਦੇ ਲਈ ਵੀ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਉਹਨਾਂ ਨੂੰ ਇਸ ਚੀਜ਼ ਦੀਆਂ ਵਧਾਈਆਂ ਵੀ ਦਿੰਦੇ ਹਾਂ। ਪਰ ਉਹਦੇ ਨਾਲ ਨਾਲ ਉਹਨਾਂ ਨੂੰ ਵੱਡਾ ਦੁੱਖ ਵੀ ਜ਼ਰੂਰ ਹੋਇਆ ਸੀ ਕਿਉਂਕਿ ਰਿੰਕੂ ਹੋਰਾਂ ਦੇ ਉੱਤੇ ਤੇ ਸ਼ੀਤਲ ਅੰਗਰਾਲ ਹੋਰਾਂ ਦੇ ਉੱਤੇ ਉਹਨਾਂ ਨੂੰ ਬੜਾ ਵੱਡਾ ਮਾਣ ਸੀਗਾ, ਜੇਕਰ ਆਪਾਂ ਸਿਆਸਤ ਦੇ ਤੌਰ ਤੇ ਦੇਖੀਏ ਤਾਂ ਉਹਨਾਂ ਨੂੰ ਬੜਾ ਵੱਡਾ ਮਾਣ ਸੀ, ਪਰ ਉਹ ਮਾਣ ਟੁੱਟਿਆ, ਤਾਂ ਕਰਕੇ ਫਿਰ ਸੀਐਮ ਮਾਨ ਸਾਹਿਬ ਨੇ ਉਹ ਸ਼ਾਇਰੀ ਲਿਖੀ ਸੀ ਜੀ। ਆਮ ਆਦਮੀ ਪਾਰਟੀ ਤੇ ਇਹ ਨਹੀਂ ਲੱਗਦਾ ਕਿ ਕਾਲੇ ਬਾਦਲ ਇਸ ਵੇਲੇ ਜਦੋਂ ਤੋਂ ਗ੍ਰਿਫਤਾਰੀ ਹੋਈ ਅਰਵਿੰਦ ਕੇਜਰੀਵਾਲ ਦੀ, ਕਾਲੇ ਬਾਦਲ ਛਾ ਗਏ ਨੇ ਉਹਨਾਂ ਤੇ, ਕੀ ਹੋਵੇਗਾ 2024 ਚੋਣਾਂ ਦੇ ਵਿੱਚ ਉਹਨਾਂ ਦਾ? ਵੇਖੋ, 2024 ਦੀਆਂ ਜਿਹੜੀਆਂ ਚੋਣਾਂ ਨੇ ਨਿਧੀ, ਉਹ ਬਹੁਤ ਕੁਝ ਸਪਸ਼ਟ ਕਰਨਗੀਆਂ। ਫਿਲਹਾਲ ਦੇ ਲਈ ਆਪਾਂ ਕਾਲੇ ਬੱਦਲ ਚਿੱਟੇ ਬੱਦਲ ਵਾਲੀ ਗੱਲ ਦੇ ਉੱਤੇ ਜੇ ਨਾ ਜਾਈਏ ਤਾਂ ਬੈਟਰ ਹੋਏਗਾ, ਕਿਉਂਕਿ ਕੁਛ ਨਹੀਂ ਪਤਾ ਕਦੋਂ ਕਿਧਰਲੇ ਪਾਸੇ ਨੂੰ ਪੱਲੜਾ ਭਾਰੀ, ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਜਾ ਰਹੇ ਨੇ, ਹੋ ਸਕਦਾ ਕੱਲ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਾਪਸ ਆਉਣ ਲੱਗ ਜਾਣ ਤੇ ਆਮ ਆਦਮੀ ਪਾਰਟੀ ਫਿਰ ਤੋਂ ਚੜ੍ਹਾਈ 'ਚ ਹੋ ਜੇ। ਪਰ ਹਾਂ, ਫਿਲਹਾਲ ਦੇ ਲਈ, ਅੱਜ ਦੇ ਲਈ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਦੇ ਵਿੱਚ ਜ਼ਰੂਰ ਵਾਧਾ ਹੋਇਆ, ਪਰ ਵੇਖਣਾ ਹੋਏਗਾ ਕਿ ਕੀ ਆਮ ਆਦਮੀ ਪਾਰਟੀ, ਜਿਹੜਾ ਆਹ ਮਾੜਾ ਟਾਈਮ ਆਮ ਆਦਮੀ ਪਾਰਟੀ ਦੇ ਉੱਤੇ ਆਇਆ, ਇੱਕ ਪਾਸੇ ਕੌਮੀ ਕਨਵੀਨਰ ਅੰਦਰ ਨੇ, ਈਡੀ ਦੀ ਹਿਰਾਸਤ ਦੇ ਵਿੱਚ ਨੇ, ਉਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਸਰਕਾਰ ਹੈ ਜਿਹੜੀ ਉਹ ਡਾਮਾਡੋਲ ਜਾਪ ਰਹੀ ਹੈ, ਉਦੋਂ ਬਾਅਦ ਪੰਜਾਬ ਦੇ ਵਿੱਚ ਵੀ ਬੰਦੇ ਵਿਕਣ ਲੱਗ ਗਏ, ਪਾਰਟੀ ਨੂੰ ਛੱਡਣ ਲੱਗ ਗਏ, ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਐਂਟੀ ਇਨਕਨਵੈਂਸੀ ਵੀ ਹੋਣ ਲੱਗ ਗਈ, ਉਸ ਤੋਂ ਇਲਾਵਾ ਉਮੀਦਵਾਰ ਵੀ ਅਜੇ ਐਲਾਨ ਕਰਨੇ ਨੇ, ਉਸ ਤੋਂ ਇਲਾਵਾ ਚੋਣਾਂ ਨੂੰ ਦੇਖ ਕੇ ਵੀ ਬੜੀਆਂ ਚੀਜ਼ਾਂ ਕਰਨ ਵਾਲੀਆਂ ਪਈਆਂ ਨੇ। ਪਰ ਐਸੇ ਦੇ ਵਿੱਚ ਸੀਐਮ ਆਰ ਕਿਸ ਤਰੀਕੇ ਦੇ ਨਾਲ ਨਜਿੱਠਦੇ ਆ, ਇਹ ਵੀ ਜ਼ਰੂਰ ਇੱਕ ਵੇਖਣ ਵਾਲੀ ਗੱਲ ਰਹੇਗੀ। ਖੈਰ, ਜਦੋਂ ਕਹਿੰਦੇ ਨਾ ਜਦੋਂ ਪਰਿਵਾਰ ਤੇ ਮੁਸ਼ਕਲਾਂ ਆਉਂਦੀਆਂ ਨੇ, ਕੌਣ ਕੌਣ ਨਾਲ ਖੜਾ, ਇਹ ਵੀ ਵੱਡੀ ਦੇਖਣ ਵਾਲੀ ਗੱਲ ਹੁੰਦੀ ਹੈ, ਪਰ ਉਹੀ ਚੀਜ਼ਾਂ ਲੱਗਦਾ ਆਮ ਆਦਮੀ ਪਾਰਟੀ ਦੇ ਨਾਲ ਹੋ ਰਹੀਆਂ ਨੇ ਜੀ। ਬਿਲਕੁਲ, ਇਹ ਚੀਜ਼ ਵੇਖਣ ਵਾਲੀ ਹੋਏਗੀ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕੀਤੀ, ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਜੇ ਪੂਰੀ ਦੀ ਪੂਰੀ ਜਿਹੜੀ ਗੇਮ ਹੈ ਇਹ ਕਿੱਧਰਲੇ ਪਾਸੇ ਨੂੰ ਘੁੰਮਦੀ ਹੈ। ਬਿਲਕੁਲ ਬਿਲਕੁਲ, ਆ ਤਾਂ ਅਸੀਂ ਇਸ ਡਿਸਕਸ਼ਨ ਨੂੰ ਇੱਥੇ ਖਤਮ ਕਰਦੇ ਹਾਂ, ਤਾਂ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਸ਼ੀਤਲ ਅੰਗਰਾਲ ਹੋਣਾ ਤੇ ਕਈ ਸਾਰੇ ਸਵਾਲ ਖੜੇ ਹੁੰਦੇ ਦਿਖਾਈ ਦੇ ਰਹੇ ਨੇ, ਤੇ ਉੱਥੇ ਹੀ ਜਿਵੇਂ ਕਿ ਇਹ ਗੱਲ ਕਹੀ ਕਿ ਜਿਸ ਟਾਈਮ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਕਿੰਨੇ ਸਾਰੇ ਉਹਨਾਂ ਦੇ ਜਿਹੜੇ ਇੱਕ ਵਿਸ਼ਵਾਸ ਪਾਤਰ ਲੋਕ ਸੀ ਉਹਨਾਂ ਨੂੰ ਛੱਡ ਕੇ ਚਲੇ ਗਏ, ਤੇ ਅੱਜ ਪਾਰਟੀ ਛੱਡਣ ਤੋਂ ਬਾਅਦ ਕਈ ਸਾਰੇ ਇਲਜ਼ਾਮ ਉਹਨਾਂ ਤੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਜਿਵੇਂ ਕਿ ਇੰਦਰ ਨੇ ਕਿਹਾ ਜਦੋਂ ਰਿੰਕੂ ਹੋਣੀ ਜੇ ਉੱਥੇ ਪਾਰਟੀ ਦੇ ਵਿੱਚ ਰਹਿੰਦੇ ਇਹ ਗੱਲਾਂ ਕਰਦੇ ਤੇ ਸ਼ਾਇਦ ਇਸ ਤੇ ਜ਼ਿਆਦਾ ਇਫੈਕਟ ਪੈਂਦਾ ਪਾਰਟੀ ਛੱਡਣ ਤੋਂ ਪਹਿਲਾਂ ਜੇ ਇਹ ਗੱਲ ਕਹੀ ਜਾਂਦੀ। ਤਾਂ ਲਗਾਤਾਰ ਜੋ ਹੁਣ ਵਿਵਾਦਾਂ ਦੇ ਵਿੱਚ ਹੁਣ ਸ਼ੀਤਲ ਅੰਗਰਾਲ ਫਸੇ ਹੋਏ
ਦਿਖਾਈ ਦੇ ਰਹੇ ਨੇ ਤੇ ਹੁਣ ਉਹਨਾਂ ਦਾ ਕੀ ਹਸ਼ਰ ਹੋਵੇਗਾ ਤੇ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ। ਫੋਟੋ ਵਾਇਰਲ ਹੋਣ ਤੋਂ ਬਾਅਦ ਤਾਂ ਹੋਰ ਜ਼ਿਆਦਾ ਹੰਗਾਮਾ ਸਿਆਸੀ ਗਲਿਆਰਿਆਂ ਦੇ ਵਿੱਚ ਮਚਦਾ ਹੋਇਆ ਦਿਖਾਈ ਦੇ ਰਿਹਾ ਤੇ ਇਸ ਦੇ ਨਾਲ ਹੁਣ ਕੀ ਹੋਵੇਗਾ ਲਗਾਤਾਰ ਇਸ ਦੇ ਨਾਲ ਜੁੜੀ ਸਾਰੀ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜਦ ਤੱਕ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।